ਆਯੋਜਿਤ ਹੋ ਰਹੀ ਹੈ। ਇੰਗਲੈਂਡ ਦੇ ਬਕਿੰਗਮ ਮਹਿਲ ਦੀ ਖਿੜਕੀ ਚੋਂ ਇੱਕ ਨੌਜਵਾਨ ਚਾਦਰ ਦੇ ਸਹਾਰੇ ਨੀਚੇ ਉਤਰਦਾ ਵਿਖਾਈ ਦਿੱਤਾ। ਨੌਜਵਾਨ ਦੇ ਸਰੀਰ ਉੱਤੇ ਕੋਈ ਵੀ ਕੱਪੜਾ ਨਹੀਂ ਸੀ। ਇਹ ਵੀਡੀਓ ਸਾਰੇ ਇੰਗਲੈਂਡ 'ਚ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਿਖਾਈ ਦੇ ਰਿਹਾ ਬਕਿੰਗਮ ਮਹਿਲ ਦੇ ਜਦੋਂ ਸੁਰੱਖਿਆ ਕਰਮੀ ਬਾਹਰ ਆ ਰਹੇ ਸਨ ਤਾਂ ਇੱਕ ਵਿਅਕਤੀ ਚਾਦਰ ਦੇ ਸਹਾਰੇ ਮਹਿਲ ਦੀ ਖਿੜਕੀ 'ਚੋਂ ਹੇਠਾਂ ਉਤਰਦਾ ਵਿਖਾਈ ਦੇ ਰਿਹਾ ਹੈ। ਮਹਿਲ ਦੇ ਬਾਹਰ ਖੜ੍ਹੇ ਲੋਕਾਂ ਨੇ ਇਸ ਪੂਰੇ ਦ੍ਰਿਸ਼ ਨੂੰ ਵੇਖਿਆ। ਇਹ ਨੌਜਵਾਨ ਕੌਣ ਸੀ, ਮਹਿਲ 'ਚੋਂ ਇਸ ਤਰ੍ਹਾਂ ਕਿਉਂ ਉਤਰਿਆ, ਇਸ ਬਾਰੇ ਕੋਈ ਜਾਣਕਾਰੀ ਮਹਿਲ ਦੇ ਸੁਰੱਖਿਆ ਕਰਮੀਆਂ ਵੱਲੋਂ ਜਾਰੀ ਨਹੀਂ ਕੀਤੀ ਗਈ। ਇਸ ਮਹਿਲ 'ਚ ਇੰਗਲੈਂਡ ਦਾ ਸ਼ਾਹੀ ਪਰਿਵਾਰ ਰਹਿੰਦਾ। ਮਹਿਲ ਦੇ ਅਧਿਕਾਰੀਆਂ ਵੱਲੋਂ ਪੁਲਿਸ ਕੋਲ ਵੀ ਕੋਈ ਸ਼ਿਕਾਇਤ ਦਰਜ ਨਹੀਂ।